ਜਿਹੜੇ ਹੈੱਡ ਆਫਿਸ ਆ ਸ਼ੈਡਾਂ ਦੇ ਵਿੱਚ ਲੱਗੇ ਨੇ ਫੀਲਡ ਵਾਲੇ ਦਾ ਕਮਾਲ ਹੀ ਨੇ। ਫੀਲਡ ਵਾਲਿਆਂ ਦੇ ਨਾਂ ਤੇ ਇੱਕ ਵਾਰ ਤਾੜੀ ਮਾਰ ਦਿਓ। ਜੋ ਜਜ਼ਬਾ ਫੀਲਡ 'ਚ ਹੁੰਦਾ ਅਸੀਂ ਵੀ ਹੈੱਡ ਆਫਿਸ ਦੇ ਸ਼ੈਡਾਂ 'ਚ ਕੰਮ ਕੀਤਾ ਪਰ ਅਸੀਂ ਵੀ ਉਦੋਂ ਘਾਉ ਮੌਜੇ ਸੀਗੇ। ਜਦੋਂ ਅਸੀਂ ਫੀਲਡ 'ਚ ਗਏ ਹਾਂ ਉਦੋਂ ਪਤਾ ਲੱਗਿਆ ਲੜਾਈਆਂ ਕੀ ਹੁੰਦੀਆਂ ਨੇ, ਕਿਵੇਂ ਲੜੇ ਜਾਂਦੇ ਨੇ, ਕਿਵੇਂ ਕੈਸ਼ ਕਾਊਂਟਰਾਂ ਨੂੰ ਤਾਲੇ ਲਾਏ ਜਾਂਦੇ ਨੇ, ਕਿਵੇਂ ਗੇਟ ਬੰਦ ਕੀਤੇ ਜਾਂਦੇ ਨੇ। ਆ ਹੈੱਡ ਆਫਿਸ ਵਾਲੇ ਇਹ ਤਾਂ ਇਹੀ ਸਰਕੂਲਰ ਹੀ ਪੜ੍ਹਦੇ ਰਹੇ ਹੁੰਦੇ ਨੇ ਵੀ ਅਸੀਂ ਇੱਕ ਦਿਨ ਲਾ ਨੌਕਰੀ ਕੀਤੀ ਸਾਡਾ ਇਹ ਹੋ ਜੂਗਾ ਜੀ, ਜੇ ਅਸੀਂ ਛੁੱਟੀ ਲੈ ਲਈ ਤਾਂ ਆਹ ਹੋ ਜੂਗਾ ਜੀ। ਇਹ ਛੁੱਟੀਆਂ ਛਾਟਿਆਂ ਦੀ ਕਿਹੜੀ ਗੱਲ ਕਰਦੇ ਹੋ, ਅਸੀਂ ਤਾਂ ਗਰਦਨ ਕਲਮ ਕਰਨ ਨੂੰ ਬੈਠੇ ਹਾਂ, ਤੁਸੀਂ ਛੁੱਟੀਆਂ ਛਾਟਿਆਂ ਪਿੱਛੇ ਰੋਈ ਜਾਂਦੇ ਹੋ। ਆਹ ਜਿਹੜੀਆਂ ਅਸੀਂ ਨੌਕਰੀਆਂ ਲਈਆਂ ਨਾ ਪਹਿਲਾਂ ਕਹਿੰਦੇ ਸੀ, ਆਹ ਮੇਰੇ ਡੈਡੀ ਹੋਰੀ ਦੱਸਦੇ ਹੁੰਦੇ ਸੀ, ਸਾਡੇ ਮੇਰੇ ਡੈਡੀ ਹੋਰਾਂ ਦਾ ਬਿਜ਼ਨਸ ਸੀ, ਉਹ ਕਹਿੰਦੇ ਸਾਨੂੰ ਘਰੋਂ ਫੜ ਫੜ ਲੈ ਕੇ ਜਾਂਦੇ ਸੀ, ਆਇਓ ਤੁਹਾਨੂੰ ਬਿਜਲੀ ਬੋਰਡ ਚਲਾਉਂਦੇ ਹਾਂ। ਕਈ ਬਾਬਿਆਂ ਨੇ ਉਸੇ ਟਾਈਮ ਦੀ ਨੌਕਰੀਆਂ ਵੀ ਲਈਆਂ ਤੇ ਮਿਹਨਤਾਂ ਨਹੀਂ ਕੀਤੀਆਂ, ਤਾਰਾਂ ਹੱਥਾਂ ਨਾਲ ਖਿੱਚੀਆਂ ਨਾ ਆਪਣੇ। ਹੁਣ ਅਸੀਂ ਅੱਜ ਦੇ ਜਵਾਕਾਂ ਨੇ ਕੰਪੀਟੀਸ਼ਨ ਲੜ ਕੇ ਨੌਕਰੀਆਂ ਲਈਆਂ ਨੇ, ਅਸੀਂ ਤੈਵੇਂ ਖਿਰਾ 'ਚ ਨਹੀਂ ਆਏ ਹੋਏ ਇੱਥੇ। ਜੇਕਰ ਅਸੀਂ ਧੱਕੇ ਨਾਲ ਲੜ ਕੇ ਨੌਕਰੀਆਂ ਲੈਣਾ ਜਾਣਦੇ ਹਾਂ ਤੇ ਨੌਕਰੀਆਂ ਕਰਨੀਆਂ ਵੀ ਜਾਣਦੇ ਹਾਂ, ਫਿਰ ਉਈ ਨਾ ਕਿਤੇ ਕੋਈ ਮੈਨੇਜਮੈਂਟ ਭੁਲੇਖੇ 'ਚ ਰਹੇ ਤਾਂ ਕੋਈ ਜਾਂ ਕੋਈ ਇਹਨਾਂ ਦਾ ਸੁਖਪ੍ਰੀਤ ਵਰਗਾ ਆਪੂ ਭੁਲੇਖੇ 'ਚ ਰਹੇ। ਤੇ ਅਕਾਊਂਟ ਐਸੋਸੀਏਸ਼ਨ ਨੂੰ ਕਹਿਣਾ ਇਹ ਅੱਜ ਜਈਆਂ ਤੋਂ ਜਈਆਂ ਨੂੰ ਉੱਪਰ ਕਰਤਾ ਆ ਰਿਹਾ ਤੇ ਉੱਤੇ ਤਾਂ ਇਹ ਆਪਣੇ ਪਿਲਾਂ ਦੇ ਵਿੱਚੋਂ ਬਾਹਰ ਆ ਗਏ ਤੇ ਆਪਣੇ ਯੂਡੀਸੀਆਂ ਤੋਂ ਨੌਕਰੀਆਂ ਭਰਵਾ ਰਹੇ ਨੇ। ਸਵੇਰੇ ਕਹਿੰਦੇ ਯੂਡੀਸੀਆਂ ਨੂੰ ਵੀ ਉੱਥੇ ਆ ਕੇ ਬੈਠੋ, ਇੱਥੇ ਨਹੀਂ ਬਹਿਣਾ, ਤੇ ਯੂਡੀਐਸਸੀ ਨੂੰ ਯੂਡੀਸੀ ਵੀ ਸਾਰੇ ਉੱਥੋਂ ਇੱਥੇ ਆ ਗਏ ਵੀ ਇਹ ਤਾਂ ਪੇਮੈਂਟ ਦੀ ਗੱਲ ਹੀ ਨਹੀਂ ਕਰਦੇ, ਇਹ ਤਾਂ ਆਪਣੀ ਗੱਲ ਕਰੀ ਜਾਂਦੇ ਨੇ। ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਮਨ 'ਚ ਸਾਂਝਾ ਨਹੀਂ ਹੋਊਗਾ, ਜੇ ਅਸੀਂ ਇਹੀ ਮਨ 'ਚ ਬਿਜਲੀ ਬੋਰਡ ਬਚਾਉਣ ਵੇਲੇ ਹਾਂ ਇਹ ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਸਾਂਝਾ ਕਰ ਲੈਂਦੇ ਤਾਂ ਅਸੀਂ ਬਹੁਤ ਕੁਛ ਬਚਾ ਲੈਣਾ ਸੀ। ਹੁਣ ਵੀ ਜੇਕਰ ਕਿਸਾਨ ਬਿਜਲੀ ਬਿੱਲ ਰੱਦ ਨਾ ਕਰਾਉਂਦੇ ਤਾਂ ਆਪਣੇ ਤੋਂ ਰੱਦ ਨਹੀਂ ਸੀ ਹੋਣਾ, ਉਹ ਆਪਾਂ ਸਾਂਝੇ ਨਹੀਂ ਸੀ ਆਉਣੇ, ਆਪਾਂ ਇਕੱਠੇ ਹੀ ਨਹੀਂ ਸੀ ਹੋਣੇ। ਜੇਕਰ ਬਿਜਲੀ ਬੋਰਡ ਬਚਾਉਣਾ, ਜੇਕਰ ਮਾੜੀ ਲੀਡਰਸ਼ਿਪ ਪਰੇ ਕਰਨੀ ਹੈ, ਮਾੜੀ ਮੈਨੇਜਮੈਂਟ ਥੱਲੇ ਲਾਉਣੀ ਹੈ, ਤਾਂ ਸਾਨੂੰ ਇੱਕ ਪਲੇਟਫਾਰਮ 'ਤੇ ਸਾਂਝਾ ਹੋਣਾ ਪਊਗਾ। ਇਹ ਲਾਰੇ ਸਾਨੂੰ ਐਸੇ ਕਰਕੇ ਲੱਗਦੇ ਨੇ ਕਿਉਂਕਿ ਅਸੀਂ ਆਪਸ ਲਾਰੇ ਲਾਉਂਦੇ ਫਿਰਦੇ ਹਾਂ। ਜਦੋਂ ਅਸੀਂ ਆਪਣੇ ਲਾਰੇ ਮੁਕਾ ਕੇ ਇੱਕ ਝੰਡੇ ਦੇ ਹੇਠ ਆ ਗਏ, ਲਾਲ ਝੰਡਾ ਕਿਰਤੀਆਂ ਦਾ ਝੰਡਾ, ਜਦੋਂ ਤੱਕ ਅਸੀਂ ਇਹ ਝੰਡੇ ਦੇ ਹੇਠ ਨਹੀਂ ਆਉਂਦੇ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ। ਇਹ ਜਦੋਂ ਤੱਕ ਅਸੀਂ ਨਿੱਜੀ ਕਰਨੇ, ਵਿਸ਼ਵੀ ਕਰਨੇ, ਉਦਾਰੀ ਕਰਦੀਆਂ ਨੀਤੀਆਂ ਨੂੰ ਨਾ ਸਮਝੇ ਤਾਂ ਸਾਡੇ ਸਮਾਜ ਦਾ ਉਦਾਰ ਨਹੀਂ ਹੋਣਾ। ਇਸ ਲਈ ਸਾਰਿਆਂ ਨੂੰ ਬੇਨਤੀ ਹੈ ਅਸੀਂ ਇਕੱਠੇ ਸੰਘਰਸ਼ 'ਚ ਆਈਏ, ਮੋਢੇ ਨਾਲ ਮੋਢਾ ਜਾੜ ਕੇ ਖੜੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਤ ਹਮੇਸ਼ਾ ਲੜਦੇ ਲੋਕਾਂ ਦੀ, ਜਿਹੜੇ ਵੀ ਲੋਕ ਲੜ ਰਹੇ ਨੇ।